ਅੰਮ੍ਰਿਤਸਰ ਦੇ ਸੰਸਦ ਗੁਰਜੀਤ ਸਿੰਘ ਔਜਲਾ ਵੱਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਅੰਮ੍ਰਿਤਸਰ ਕਟੜਾ ਹਾਈਵੇ ਨੂੰ ਅੰਮ੍ਰਿਤਸਰ ਦੇ ਨਾਲ ਜੋੜਿਆ ਜਾਵੇ ਅਤੇ ਇਸ ਨੂੰ ਲੈ ਕੇ ਸੰਸਦ ਗੁਰਜੀਤ ਸਿੰਘ ਔਜਲਾ ਵੱਲੋਂ ਮੂੰਹ ਅਤੇ ਹੱਥ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਜਲ੍ਹਿਆਂਵਾਲੇ ਬਾਗ ਵਿੱਚ ਇੱਕ ਘੰਟਾ ਮੌਨ ਧਾਰਨ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਅਤੇ ਉਹਨਾਂ ਦਾ ਕਹਿਣਾ ਸੀ ਕਿ ਇਸ ਹਾਈਵੇ ਨੂੰ ਲੈ ਕੇ ਰਾਜਨੀਤਿਕ ਰੰਗਤ ਦਿੱਤੀ ਜਾ ਰਹੀ ਹੈ ਅਤੇ ਇਸ ਨੂੰ ਅੰਮ੍ਰਿਤਸਰ ਤੋਂ ਦੂਰ ਕੀਤਾ ਜਾ ਰਿਹਾ ਹੈ। ਉਸ ਤੋਂ ਬਾਅਦ ਅੱਜ ਅੰਮ੍ਰਿਤਸਰ ਦੇ ਸੰਸਦ ਗੁਰਜੀਤ ਸਿੰਘ ਔਜਲਾ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਅਤੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਉੱਥੇ ਹੀ ਗੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ ਕਿ ਜਿਹੜਾ ਹਾਈਵੇ ਦਿੱਲੀ ਅੰਮ੍ਰਿਤਸਰ ਕਟੜਾ ਜਿਸ ਰੋਡ 'ਤੇ ਆਉਣਾ ਸੀ ਉਸ ਫਾਈਲ ਦੀ ਰੈਵਨਿਊ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹੁਣ ਉਹਨਾਂ ਨੂੰ ਆਸ ਹੈ ਕਿ ਇਹ ਹਾਈਵੇ ਅੰਮ੍ਰਿਤਸਰ ਤੱਕ ਜ਼ਰੂਰ ਪਹੁੰਚੇਗਾ ਅਤੇ ਸੰਸਦ ਗੁਰਜੀਤ ਸਿੰਘ ਔਜਲਾ ਵੱਲੋਂ ਸਾਰੀ ਰਾਜਨੀਤਿਕ ਪਾਰਟੀਆਂ ਅਤੇ ਧਾਰਮਿਕ ਸੰਸਥਾਵਾਂ ਦਾ ਧੰਨਵਾਦ ਕਰਨ ਚਾਹੁੰਦੇ ਹਨ ਜਿਨ੍ਹਾਂ ਨੇ ਉਹਨਾਂ ਦਾ ਇਸ ਹਾਈਵੇ ਦੇ ਲਈ ਆਵਾਜ਼ ਚੁੱਕੀ ਅਤੇ ਇੱਕ ਮੁਹਿੰਮ ਜੋ ਸ਼ੁਰੂ ਕੀਤੀ ਗਈ ਸੀ ਅੰਮ੍ਰਿਤਸਰ ਦੀ ਸਫਲਤਾ ਲਈ ਪ੍ਰਯਾਸ ਕੀਤੇ ਸਨ ਅਤੇ ਉਹਨਾਂ ਦੇ ਅੰਮ੍ਰਿਤਸਰ ਤੋਂ ਰਾਜ ਸਭਾ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਦੇ ਪੂਰਵ ਪੰਜਾਬ ਪ੍ਰਧਾਨ ਸਵੇਤ ਮਲਿਕ ਦਾ ਵੀ ਧੰਨਵਾਦ ਕੀਤਾ ਅਤੇ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਹੁਣ ਕਿਸੇ ਵੀ ਸੂਰਤ ਵਿੱਚ ਬਦਲ ਨਹੀਂ ਦਿੱਤਾ ਜਾਵੇਗਾ ਅਤੇ ਹੁਣ ਇਹ ਪ੍ਰੋਜੈਕਟ ਦਿੱਲੀ ਅੰਮ੍ਰਿਤਸਰ ਕਟੜਾ ਹੋਵੇ ਇਸ ਲਈ ਉਹ ਹਰ ਇੱਕ ਸੰਭਵ ਕੋਸ਼ਿਸ਼ ਕਰਨਗੇ ਤਾਂ ਜੋ ਕਿ ਇਹ ਹਾਈਵੇ ਅੰਮ੍ਰਿਤਸਰ ਤੋਂ ਟੂਰਿਜ਼ਮ ਨੂੰ ਵਧਾ ਸਕੇ। ਅੱਜ ਅਸੀਂ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੇ ਹਾਂ ਕਿਉਂਕਿ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਜਿਹੜਾ ਹੈ ਉਹਦੀ ਰਿਵਿਊ ਦੀ ਮਨਜ਼ੂਰੀ ਹੋ ਗਈ ਆ ਔਰ ਉਹ ਹੁਣ ਅੱਗੇ ਵਧਾਉਣ ਜਾ ਰਹੇ ਨੇ। ਜਿਹੜਾ ਗੋਇੰਦਵਾਲ ਸਾਹਿਬ ਤੋਂ ਅਸੀਂ ਸਟ੍ਰੇਟ ਲਾਈਨ ਐਕਸਪ੍ਰੈਸ ਵੇ ਦੀ ਮੰਗਦੇ ਸਾਂ ਅੰਮ੍ਰਿਤਸਰ ਤੱਕ ਔਰ ਪਰਮਾਤਮਾ ਦਾ ਸ਼ੁਕਰਾਨਾ ਕਿਉਂਕਿ ਸ਼ੁਰੂਆਤ ਵੀ ਅਸੀਂ ਇੱਥੋਂ ਕੀਤੀ ਸੀ। ਇਹਦੇ ਨਾਲ ਨਾਲ ਅੰਮ੍ਰਿਤਸਰ ਸ਼ਹਿਰ ਵਾਸੀਆਂ ਦਾ ਸ਼ੁਕਰਾਨਾ ਜਿਨ੍ਹਾਂ ਨੇ ਮੈਂ ਅੰਮ੍ਰਿਤਸਰ ਹਾਂ ਮੁਹਿੰਮ ਚਲਾਈ ਮੈਂ ਉਹਨਾਂ ਸਭਨਾਂ ਦਾ ਸ਼ੁਕਰਾਨਾ ਕਰਦਾ ਹਾਂ। ਰਾਜਨੀਤਿਕ ਜਥੇਬੰਦੀਆਂ ਦਾ ਪਾਰਟੀਆਂ ਦਾ ਸਾਰੀਆਂ ਦਾ ਸ਼ੁਕਰਾਨਾ ਉਹਦੇ ਨਾਲ ਧਾਰਮਿਕ ਜਥੇਬੰਦੀਆਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਿੱਲੀ ਦੀ ਸਿੱਖ ਸੰਗਤ ਦਾ ਬਹੁਤ ਬਹੁਤ ਸ਼ੁਕਰਾਨਾ ਕਿ ਜਿਨ੍ਹਾਂ ਨੇ ਇਸ ਮੰਗ ਨੂੰ ਉੱਪਰ ਤੱਕ ਪਹੁੰਚਾਇਆ ਆ। ਸ਼ਵੇਤ ਮਲਕ ਜੀ ਮੇਰੇ ਰਾਜ ਸਭਾ ਮੈਂਬਰ ਨੇ ਇਸ ਨਗਰੀ ਤੋਂ ਉਹਨਾਂ ਦਾ ਧੰਨਵਾਦ। ਜਸਵੀਰ ਗਿੱਲ ਜੀ ਸਾਡੇ ਤਰਨ ਤਾਰਨ ਸਾਹਿਬ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦਾ ਵੀ ਮੈਂ ਜਿੱਚੇ ਤੌਰ 'ਤੇ ਧੰਨਵਾਦ ਕਰਦਾ। ਉਹਦੇ ਨਾਲ ਨਾਲ ਸਮੁੱਚੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਸੀ ਉਹਨਾਂ ਨੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਮਦਦ ਕੀਤੀ ਉਹਨਾਂ ਦਾ ਵੀ ਧੰਨਵਾਦ। ਇਹਦੇ ਨਾਲ ਨਾਲ ਦੇਸ਼ ਵਿਦੇਸ਼ ਵੱਸਦੀਆਂ ਸੰਗਤਾਂ ਦਾ ਧੰਨਵਾਦ। ਗੁਰੂ ਨਗਰੀ ਨੂੰ ਪਿਆਰ ਕਰਨ ਵਾਲੇ ਬਹੁਤ ਲੋਕ ਨੇ, ਬੜੀ ਲੰਬੀ ਲਿਸਟ ਹੈ ਕਿਉਂਕਿ ਨਾ ਕੋਈ ਰਹੇਗਾ ਤਾਂ ਫਿਰ ਮੁਸ਼ਕਲ ਆ ਜਾਂਦੀ ਹੈ। ਸਭਨਾਂ ਦਾ ਧੰਨਵਾਦ, ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਕਿਉਂਕਿ ਮੇਰੇ ਇਹ ਗੱਲ ਹਰਿਮੰਦਰ ਸਾਹਿਬ ਦੀ ਸੀ, ਗੁਰੂ ਨਗਰੀ ਨੂੰ ਸੜਕ ਆਉਂਦੀ ਸੀ ਇਹਦੀ ਗੱਲ ਸੀ। ਸੋ ਸਭਨਾਂ ਨੇ ਮਦਦ ਕੀਤੀ ਹੈ, ਹੁਣ ਦਾ ਰਿਵਿਊ ਹੋਏਗਾ ਔਰ ਜਿਹਦੇ ਦੀ ਫਾਈਨਲ ਅਲਾਈਨਮੈਂਟ ਕਰਨਗੇ ਫਿਰ ਉਹ ਸਾਰੀ ਤੁਹਾਨੂੰ ਅਸੀਂ ਦੱਸਾਂਗੇ। ਪਰ ਅਜੇ ਤੱਕ ਅਸੀਂ ਉਹਨਾਂ ਦੇ ਟੱਚ 'ਚ ਹਾਂ ਵੀ ਕੋਈ ਵੀ ਮਤਲਬ ਜਿਹੜੀ ਗੱਲ ਆ ਪੂਰੀ ਹੋਵੇ, ਕੋਈ ਕਸਰ ਰਹੇ ਨਾ। ਇਹਦੇ ਵਾਸਤੇ ਮੈਂ ਨਰਿੰਦਰ ਮੋਦੀ ਜੀ ਦਾ, ਨਿਤਿਨ ਗਡਕਰੀ ਜੀ ਦਾ, ਵਿਸ਼ੇਸ਼ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਜੀ ਦਾ ਧੰਨਵਾਦੀ ਹੈ ਕਿ ਜਿਨ੍ਹਾਂ ਨੇ ਇਹ ਨਗਰੀ ਦੀ ਆਵਾਜ਼ ਸੁਣਦੇ ਹੋਏ ਇਸ ਪ੍ਰੋਜੈਕਟ ਨੂੰ ਅੰਮ੍ਰਿਤਸਰ ਤੱਕ ਵਧਾਉਣ ਦੀ ਦੁਬਾਰਾ ਤੋਂ ਰਿਵਿਊ ਕਰਨ ਦੀ ਮਨਜ਼ੂਰੀ ਦਿੱਤੀ। ਠੀਕ ਹੈ ਸਰ।